ਸਰੀਰ ਨੂੰ ਬਹੁਤ ਫਾਇਦਾ ਜੀ, ਤੰਦਰੁਸਤੀ ਰਹਿੰਦੀ ਹੈ, ਜੋੜ ਸਾਰੇ ਕੰਮ ਕਰਦੇ ਰਹਿੰਦੇ ਆ, ਨਹੀਂ ਆਪਣੇ ਆਪ ਦੇ ਆਪ ਹੀ ਜੋੜ ਜਾਮ ਹੋ ਜਾਂਦੇ ਆ, ਜਿੰਨਾ ਤੁਸੀਂ ਉਹਦੇ ਐਕਸਰਸਾਈਜ਼ ਕਰੋਗੇ ਉਨਾ ਤੁਹਾਡਾ ਉਹ ਚੱਲੀ ਕੰਟੀਨਿਊ ਚੱਲੀ ਜਾਊਗਾ। ਸਾਡਾ ਇਹ ਜਿਹੜਾ ਯੋਗਾ ਹੈ 4-5 ਮਹੀਨਿਆਂ ਤੋਂ ਚੱਲੀ ਜਾਂਦਾ, ਅਸੀਂ ਪਹਿਲਾਂ ਲੀਲਾ ਵਾਲੇ ਪਾਰਕ 'ਚ ਕਰਦੇ ਹਾਂ, ਸਾਰੇ ਜਿੰਨੇ ਅਸੀਂ ਰਿਟਾਇਰ ਹੋਏ ਹੋਏ ਹਾਂ ਸਾਰੇ ਉੱਥੇ ਹੈ, ਅਤੇ ਅੱਜ ਜਿਹੜਾ ਯੋਗਾ ਦਿਵਸ ਮਨਾ ਰਹੇ ਹੈ ਅਤੇ ਸਾਰੇ ਦੇ ਸਾਰੇ ਇੱਥੇ ਆਏ ਹੋਏ ਹਾਂ। ਭਗਵੰਤ ਮਾਨ ਦਾ ਕਿੰਨਾ ਕੁ ਸੋਹਣਾ ਉਪਰਾਲਾ, ਕੀ ਕਹਿਣਾ ਚਾਹੁੰਦੇ? ਬਹੁਤ ਵਧੀਆ ਉਪਰਾਲਾ, ਸਿਹਤ ਵਾਸਤੇ ਚੰਗੀ ਗੱਲ ਹੈ ਵੀ ਜੇ ਅਗਰ ਇੱਕ ਨਾਲ ਵਾਤਾਵਰਨ ਦਾ ਵੀ ਜ਼ਰੂਰੀ ਹੈ ਵੀ ਵੱਧ ਤੋਂ ਵੱਧ ਦਰੱਖਤ ਲਾਏ ਜਾਣ, ਸਿਹਤ ਵੀ ਤਾਂ ਹੀ ਠੀਕ ਰਹੂਗੀ ਜੇ ਹਵਾ ਪ੍ਰਦੂਸ਼ਣ ਘਟੂਗਾ। ਤੁਸੀਂ ਆਪਦੀ ਸੰਸਥਾ ਬਣੀ ਵਾਤਾਵਰਨ ਦੇ ਕੁਛ ਕਰ ਰਹੇ ਹੋ? ਸਾਡੇ ਹਰ ਬੱਚੇ ਦੇ ਬਰਥਡੇ 'ਤੇ, ਹਰ ਜਿਹੜਾ ਸਾਡਾ ਯੋਗਾ ਕਰ ਰਿਹਾ ਉੱਥੇ ਉਹਦੇ ਬਰਥਡੇ 'ਤੇ ਉੱਥੇ ਦਰੱਖਤ ਲਾਏ ਜਾਂਦੇ, ਬੂਟੇ ਲਾਏ ਜਾਂਦੇ ਪਾਰਕ 'ਚ। ਲੋਕਾਂ ਨੂੰ ਵੀ ਕਹਿਣਾ ਚਾਹੁੰਦੇ? ਲੋਕਾਂ ਨੂੰ ਵੀ ਇਹੀ ਅਪੀਲ ਕਰਨੀ ਚਾਹੁੰਦੇ, ਵੱਧ ਤੋਂ ਵੱਧ ਦਰੱਖਤ ਲਾਓ ਤਾਂ ਕਿ ਆਪਾਂ ਵਾਤਾਵਰਨ ਨੂੰ ਬਚਾ ਸਕੀਏ ਅਤੇ ਆਪਾਂ ਆਪਣਾ ਪਾਣੀ ਨੂੰ ਬਚਾ ਸਕੀਏ। ਮੇਰਾ ਨਾਮ ਸੁਖਦੀਪ ਕੌਰ ਹੈ ਜੀ। ਯੋਗਾ ਕਰ ਰਹੇ ਹੋ, ਕਿੰਨੇ ਚਿਰ ਤੋਂ ਯੋਗਾ ਕਰ ਰਹੇ ਹੋ, ਕੀ ਲਾਭ ਨੇ, ਅੱਜ ਕਿੱਥੇ ਯੋਗਾ? ਸਰ ਸਾਨੂੰ ਲਗਭਗ 3 ਮਹੀਨੇ ਹੋ ਗਏ ਅਸੀਂ ਬਾਬਾ ਡਲ ਸਿੰਘ ਪਾਰਕ ਦੇ ਵਿੱਚ ਯੋਗਾ ਕਰ ਰਹੇ ਹਾਂ ਕੰਟੀਨਿਊ। ਸਰ ਮੈਨੂੰ ਨਾ ਸਰਵਾਈਕਲ ਪੇਨ ਸੀਗਾ, ਵੋਕਲ ਕੋਰਡ ਦੇ ਵਿੱਚ ਪ੍ਰੋਬਲਮ ਆ ਗਈ ਸੀ, ਮੈਂ ਟੀਚਿੰਗ ਲਾਈਨ 'ਚ ਸੀ। ਜਦੋਂ ਦੀ ਮੈਂ ਯੋਗਾ ਕਰਨ ਲੱਗੀ ਹਾਂ ਮੇਰੇ ਸਰਵਾਈਕਲ ਪੇਨ, ਗਲੇ ਦੇ ਜੋ ਵੀ ਮੈਨੂੰ ਰੋਗ ਸੀਗੇ ਉਹਨਾਂ ਤੋਂ ਬਹੁਤ ਜ਼ਿਆਦਾ ਰਾਹਤ ਮਿਲੀ ਹੈ। ਇਹ ਜੋ ਪ੍ਰਯੋਗਸ਼ਾਲਾ CM ਨੇ ਸ਼ੁਰੂ ਕਰਿਆ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਆਪਣੇ ਭਗਵੰਤ ਮਾਨ ਜੀ ਦਾ, ਸ਼੍ਰੀਮਾਨ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਪਲੇਟਫਾਰਮ ਦਿੱਤਾ ਅਤੇ ਅਸੀਂ ਆਪਣਾ ਇੱਥੇ ਯੋਗ ਅਭਿਆਸ ਕਰ ਰਹੇ ਹਾਂ। ਲੋਕਾਂ ਨੂੰ ਜਿਹੜੇ ਯੋਗਾ ਵੱਲ ਅਜੇ ਤਾਈਂ ਨਹੀਂ ਜੁੜੇ, ਨਾਲੇ ਵਾਤਾਵਰਨ ਪਲੀਤ ਹੋ ਰਿਹਾ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਜਿੱਥੇ ਵੀ ਆਪਣੇ ਤੁਹਾਡੇ ਚੈਨਲ ਦੇ ਥਰੂ ਸਾਡੀ ਆਵਾਜ਼ ਜਾ ਰਹੀ ਆ ਵੀ ਆਪਣੇ ਆਪਣੇ ਏਰੀਏ ਦੇ ਵਿੱਚ ਜੇ ਕਿਤੇ ਨਹੀਂ ਵੀ ਟੀਚਰ ਹੈਗਾ ਆਪਣੀ ਡਿਮਾਂਡ ਰੱਖੋ, ਆਪਣਾ ਟੀਚਰ ਲਓ ਅਤੇ ਯੋਗ ਅਭਿਆਸ ਕਰੋ ਅਤੇ ਬਿਮਾਰੀਆਂ ਤੋਂ ਰਾਹਤ ਪਾਓ, ਵਾਤਾਵਰਨ ਪਲੀਤ ਹੋ। ਹਾਂਜੀ, ਉਹਨਾਂ ਲਈ ਵੀ ਆਪਾਂ ਨੂੰ ਕਦਮ ਚੁੱਕਣੇ ਚਾਹੀਦੇ ਆ, ਪਲਾਸਟਿਕ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ, ਕੈਰੀ ਬੈਗ ਆਪਣੇ ਘਰੋਂ ਲੈ ਕੇ ਜਾਓ, ਪੋਲੀਥੀਨ ਵਗੈਰਾ, ਰੁੱਖ ਲਗਾਓ, AC ਦਾ ਜੋ ਵੀ ਗਰਮੀ ਆ ਰਹੀ ਆ ਰੁੱਖ ਲਗਾਉਣ ਨਾਲ ਹੀ ਘਟਣੀ ਆ ਸਰ AC ਨਾਲ। ਮੇਰਾ ਨਾਮ ਹਰਮੇਸ਼ ਸਿੰਘ ਹੈ ਜੀ, ਪਿੰਡ ਟਾਂਡੀਆਂ, ਜ਼ਿਲ੍ਹਾ ਮਾਨਸਾ। ਮੈਂ CM ਦੀ ਯੋਗਸ਼ਾਲਾ ਦੇ ਵਿੱਚ ਕੰਮ ਕਰਦਾ, ਮੈਂ ਜ਼ਿਲ੍ਹਾ ਬਠਿੰਡਾ ਬਲਾਕ ਤਲਵੰਡੀ ਸਾਬੋ ਦੇ ਵਿੱਚ ਇੱਕ ਟ੍ਰੇਨਰ ਤੌਰ 'ਤੇ ਕੰਮ ਕਰ ਰਿਹਾ ਇਸ ਟਾਈਮ। ਅੱਜ ਕਿੱਥੇ ਤੁਸੀਂ ਪ੍ਰੋਗਰਾਮ ਜਿਹੜਾ ਕਰਵਾਇਆ ਅਤੇ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਜੋ ਇੱਕ ਸਾਰੇ ਹੀ ਆਪਣੇ ਇੰਟਰਨੈਸ਼ਨਲ ਯੋਗਾ ਦਿਵਸ ਮਨਾ ਰਹੇ ਹਾਂ ਆਪਣੇ ਬਲਾਕ ਪੱਧਰ 'ਤੇ ਤਲਵੰਡੀ ਸਾਬੋ ਬਾਬਾ ਡਲ ਸਿੰਘ ਪਾਰਕ ਵਿੱਚ ਅਸੀਂ ਇਹ ਯੋਗਾ ਦਿਵਸ ਮਨਾ ਰਹੇ ਹਾਂ ਸਾਰੇ। ਬਹੁਤ ਸਾਰੇ ਲੋਕ ਇਸ ਯੋਗਾ ਦੇ ਵਿੱਚ ਹਿੱਸਾ ਲੈ ਰਹੇ ਹਾਂ ਅਤੇ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾ ਰਹੇ, ਆਪਣੇ ਆਪ ਨੂੰ ਤੰਦਰੁਸਤ ਬਣਾ ਰਹੇ ਸਾਰੇ ਜਣੇ। ਸੋ ਅਸੀਂ CM ਦੀ ਯੋਗਸ਼ਾਲਾ ਵਿੱਚ ਕੰਮ ਕਰ ਰਹੇ ਹਾਂ। ਅਸੀਂ ਸ਼੍ਰੀ ਭਗਵੰਤ ਮਾਨ ਸਰਦਾਰ, ਪੰਜਾਬ ਦੇ ਮੁੱਖ ਮੰਤਰੀ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਕ ਘਰ ਘਰ ਨੌਕਰੀ ਦੇ ਤਹਿਤ ਇੱਕ ਰੁਜ਼ਗਾਰ ਦਿੱਤਾ, ਅਸੀਂ ਪਹਿਲਾਂ ਵੀ ਰੁਜ਼ਗਾਰ ਕਰਿਆ ਸੀ। ਲੋਕਾਂ ਨੂੰ ਇਹਦਾ ਕਿੰਨਾ ਕੁ ਫਾਇਦਾ ਹੋ ਰਿਹਾ, ਕਿੰਨੇ ਕੁ ਲੋਕ ਇੰਟਰਸਟ ਕਰ ਰਹੇ? ਯੈਸ, ਹਾਂਜੀ, ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਸੀ, ਬੈਗਿੰਗ ਦੀ ਪ੍ਰੋਬਲਮ ਸੀਗੀ, ਸਾਰਿਆਂ ਨੂੰ ਮਾਨਸਿਕ ਤਣਾਅ ਸੀਗਾ, ਉਹ ਕੰਟੀਨਿਊ ਲਗਾਤਾਰ ਕਲਾਸਾਂ ਦਾ ਆਨੰਦ ਲੈ ਰਹੇ, ਔਰ ਬਹੁਤ ਸਾਰੇ ਲੋਕਾਂ ਨੂੰ ਇਹਦਾ ਲਾਭ ਮਿਲਿਆ ਗਾ ਔਰ ਬਹੁਤ ਤੰਦਰੁਸਤ ਆਪਦਾ ਮੈਸੇਜ ਇਹੀ ਦੇਣਾ ਚਾਹੁੰਦਾ। ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਨਸ਼ਿਆਂ ਦਾ ਗੜ ਚੱਲਿਆ ਹੋਇਆ, ਲੋਕਾਂ ਨੂੰ ਇੱਕ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ, ਇੱਕ ਆਪਣੇ ਆਪ ਨੂੰ ਮਾਨਸਿਕ ਤਣਾਅ ਨੂੰ ਦੂਰ ਕਰਨ ਵਾਸਤੇ ਇੱਕ ਯੋਗ ਅਭਿਆਸ ਨਾਲ ਜੁੜਨਾ ਚਾਹੀਦਾ ਤਾਂ ਕਿ ਆਪਾਂ ਨੂੰ ਤੰਦਰੁਸਤ ਆਪਣੀ ਸਿਹਤ ਨੂੰ ਬਣਾ ਸਕੀਏ ਆਪਾਂ, ਅਤੇ ਭਿਆਨਕ ਬਿਮਾਰੀਆਂ ਜੋ ਕਿ ਅੱਜ ਕੱਲ੍ਹ ਚੱਲ ਰਹੀਆਂ ਉਹਨਾਂ ਨੂੰ ਤੋਂ ਬਚ ਸਕੇ ਸਾਰੇ ਜੀ। ਜਿਸ ਤਰ੍ਹਾਂ ਵਾਤਾਵਰਨ ਵੀ ਪਲੀਤ ਹੋ ਰਿਹਾ, ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ, ਮੈਸੇਜ ਦੇਣਾ ਚਾਹੁੰਦੇ ਹੋ ਯੋਗਾ ਦਿਵਸ 'ਤੇ? ਹਾਂਜੀ ਹਾਂਜੀ, ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਇੱਕ ਆਮ ਦਰੱਖਤਾਂ ਦੀ ਬਹੁਤ ਜ਼ਿਆਦਾ ਕਟਾਈ ਹੋ ਰਹੀ ਹੈ ਅਤੇ ਇਸ ਕਰਕੇ ਆਪਾਂ ਨੂੰ ਵਾਤਾਵਰਨ ਬਹੁਤ ਪ੍ਰਦੂਸ਼ਣ ਹੋ ਰਿਹਾ ਹੈਗਾ,
ਸੋ ਆਪਾਂ ਨੂੰ ਘਰ ਸਾਰਿਆਂ ਨੂੰ ਇੱਕ ਇੱਕ ਪੌਦਾ ਸਾਰਿਆਂ ਨੂੰ ਅੱਜ ਦੇ ਦਿਨ ਲਾਉਣਾ ਚਾਹੀਦਾ ਤਾਂ ਕਿ ਵਾਤਾਵਰਨ ਤੰਦਰੁਸਤ ਹੋਵੇ, ਪ੍ਰਦੂਸ਼ਣ ਰਹਿਤ ਹੋਵੇ ਸਾਰੇ।